ਚੋਣਾਂ ਦੇ ਮੱਦੇਨਜ਼ਰ ਰਾਮਪੁਰਾ ਫੂਲ ਚ ਵਧਾਈ ਸਕਤੀ। ਮਾਸਕ ਨਾ ਪਹਿਨਣ ਵਾਲਿਆਂ ਦੇ ਕੀਤੇ ਰੈਪਿਡ ਟੈਸਟ। ਕੀ ਪ੍ਰਸ਼ਾਸਨ ਦੀ ਸਖਤੀ ਨਾਲ ਲੋਕ ਹੋਣਗੇ ਜਾਗਰੂਕ। ਇਸ ਵੇਲੇ ਦੀ ਅਹਿਮ ਖਬਰ ਰਾਮਪੁਰਾ ਫੂਲ ਤੋਂ, ਜਿੱਥੇ ਪੰਜਾਬ ਵਿੱਚ ਵੱਧ ਰਹੇ ਕੋਰੋਨਾ ਦੇ ਮਾਮਲਿਆਂ ਨੂੰ ਲੈ ਕੇ ਪੰਜਾਬ ਸਰਕਾਰ ਵੱਲੋਂ ਨਵੇਂ ਦਿਸ਼ਾ ਨਿਰਦੇਸ਼ ਜਾਰੀ ਕੀਤੇ ਜਾ ਰਹੇ ਨੇ। ਪਿਛਲੇ ਦਿਨੀ ਪੰਜਾਬ ਸਰਕਾਰ ਵੱਲੋਂ ਸਖਤੀ ਵਰਤਣ ਦੇ ਨਿਰਦੇਸ਼ ਦਿੱਤੇ ਗਏ ਸਨ, ਜਿੱਥੇ ਅੱਜ ਰਾਮਪੁਰਾ ਫੂਲ ਦੇ ਮੌੜ ਚੌਂਕ ਵਿਖੇ ਸਪੈਸ਼ਲ ਨਾਕਾ ਲਾ ਕੇ ਚੈਕਿੰਗ ਕੀਤੀ ਗਈ। ਮਾਸਕ ਨਾ ਪਾਉਣ ਵਾਲੇ ਵਿਅਕਤੀਆਂ ਦੇ ਮੌਕੇ ਤੇ ਰੈਪਿਡ ਟੈਸਟ ਵੀ ਕੀਤੇ ਗਏ ਤੇ ਨਾਲ ਹੀ ਚਲਾਨ ਕੱਟੇ ਗਏ। इस खबर की पुख्ता जानकारी लई साडे सहयोगी पत्रकार जसवीर औलख रामपुरा फूल तो जुड़ चुके ने। जसवीर जी, कोरोना दे मद्देनजर रामपुरा फूल च किस तरह दा माहौल देखन नूं मिल रहा है? की रामपुरा फूल च पंजाब सरकार दे दिशा निर्देशां दी पालना हो रही है? ਕਰੋਨਾ ਦੇ ਮੱਦੇਨਜ਼ਰ ਜਿਹੜਾ ਪੰਜਾਬ ਸਰਕਾਰ ਵੱਲੋਂ ਜਿਹੜੀਆਂ ਸਖਤ ਗਾਈਡਲਾਈਨ ਜਾਰੀ ਕੀਤੀਆਂ ਗਈਆਂ ਨੇ, ਪੁਲਿਸ ਪ੍ਰਸ਼ਾਸਨ ਨੂੰ, ਹੈਲਥ ਡਿਪਾਰਟਮੈਂਟ ਨੂੰ ਵੀ ਜਿਹੜੀ ਹੈਗੀ ਹਦਾਇਤਾਂ ਕੀਤੀਆਂ ਗਈਆਂ ਕਿ ਬਿਨਾਂ ਮਾਸਕ ਤੋਂ ਜੋ ਵੀ ਬੰਦਾ ਤੁਹਾਡੇ ਸ਼ਹਿਰ ਦੇ ਵਿੱਚ ਐਂਟਰੀ ਕਰਦਾ ਜਾਂ ਸ਼ਹਿਰ ਨੂੰ ਕ੍ਰੋਸ ਕਰਦਾ ਤਾਂ ਉਹਨੂੰ ਰੋਕ ਕੇ ਉਹਦੀ ਚੈਕਿੰਗ ਕੀਤੀ ਜਾਵੇ, ਔਰ ਮਾਸਕ ਨਾ ਪਹਿਨਣੇ ਵਾਲਾ ਜਿਹੜਾ ਹੈਗਾ ਕਿ ਚਲਾਨ ਕੀਤੇ ਜਾਣ। ਅੱਜ ਤੁਸੀਂ ਦੇਖ ਸਕਦੇ ਹੋ ਐਸ ਐਚ ਓ ਥਾਣਾ ਸਿਟੀ ਰਾਮਪੁਰਾ ਦੀ ਹਾਜ਼ਰੀ ਦੇ ਵਿੱਚ ਰਾਮਪੁਰਾ ਫੂਲ ਵਿਖੇ ਹੈਲਥ ਡਿਪਾਰਟਮੈਂਟ ਨੂੰ ਲਾਲ ਲੈ ਕੇ ਬਕਾਇਦਾ ਜਿਹੜੀ ਵਾਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਹੈਗੀ, ਮਾਸਕ ਨਾ ਲਗਾਉਣ ਵਾਲਾ ਰੋਕਿਆ ਜਾ ਰਿਹਾ ਹੈਗਾ। ਵੱਡੀ ਪੱਧਰ 'ਤੇ ਜਿਹੜਾ ਚਲਾਨ ਕੱਟਣ ਦਾ ਜਿਹੜਾ ਸਿਲਸਿਲਾ ਹੈਗਾ ਲਗਾਤਾਰ ਜਾਰੀ ਆ, ਔਰ ਜਿਨ੍ਹਾਂ ਦੇ ਮਾਸਕ ਨਹੀਂ ਲੱਗੇ ਉਹਨਾਂ ਦੇ ਜਿਹੜੇ ਕੋਵਿਡ ਦੇ ਟੈਸਟ ਆ ਉਹ ਵੀ ਨਾਲ ਦੀ ਨਾਲ ਜਿਹੜੇ ਹੈਗੇ ਕਿ ਪੁਲਿਸ ਪ੍ਰਸ਼ਾਸਨ ਵੱਲੋਂ ਹੈਲਥ ਡਿਪਾਰਟਮੈਂਟ ਦੀ ਮਦਦ ਦੇ ਨਾਲ ਕਰਵਾਏ ਜਾ ਰਹੇ ਹੈਗੇ। ਤਸਵੀਰਾਂ ਤੁਸੀਂ ਦੇਖ ਸਕਦੇ ਹੋ, ਕਾਫੀ ਵੱਡੀ ਗਿਣਤੀ ਦੇ ਵਿੱਚ ਜਿਹੜੀ ਪੁਲਿਸ ਫੋਰਸ ਹੈਗੀ ਉਹ ਲੱਗੀ ਵੀ ਹੈਗੀ। ਸਾਡੇ ਨਾਲ ਕਾਫੀ ਜਿਹੜੇ ਪੁਲਿਸ ਵਿਭਾਗ ਦੇ ਜਿਹੜੇ ਅਧਿਕਾਰੀ ਆ ਉਹ ਮੌਜੂਦ ਹੈਗੇ। ਵਾਹਨਾਂ ਨੂੰ ਰੋਕਿਆ ਜਾ ਰਿਹਾ ਹੈਗਾ ਲਗਾਤਾਰ, ਮਾਸਕ ਨਾ ਪਹਿਨਣ ਵਾਲਿਆਂ ਦੇ ਜਿਹੜੇ ਚਲਾਨ ਹੈਗੇ ਉਹ ਤੁਸੀਂ ਕੀਤੇ ਜਾ ਰਿਹਾ ਦੇਖੋ। ਇੱਕ ਆ ਵਹੀਕਲ ਆਇਆ ਹੈਗਾ, ਇਹਦੇ ਵਿੱਚ ਦੋ ਬੰਦਿਆਂ ਨੇ ਉੱਪਰ ਜਿਹੜਾ ਹੈਗਾ ਰੁਮਾਲ ਬੰਨਿਆ ਵਾ, ਔਰ ਇੱਕ ਬੰਦਾ ਬਿਨਾਂ ਮਾਸਕ ਦੇ ਵਿੱਚ ਵਿਚਾਲੇ ਬੈਠਾ ਹੈਗਾ ਸੈਂਟਰ ਦੇ ਵਿੱਚ। ਐਸ ਐਚ ਓ ਸਾਹਿਬ ਦੀ ਹਾਜ਼ਰੀ ਦੇ ਵਿੱਚ ਜਿਹੜਾ ਹੈਗਾ ਪੁਲਿਸ ਪ੍ਰਸ਼ਾਸਨ ਵੱਲੋਂ ਰੋਕ ਕੇ ਚੈਕਿੰਗ ਕੀਤੀ ਜਾ ਰਹੀ ਹੈ, ਪੰਜਾਬ ਸਰਕਾਰ ਦੇ ਜਿਹੜੇ ਹੁਕਮ ਉਹਨਾਂ ਨੂੰ ਲਾਗੂ ਕਰਵਾਇਆ ਜਾ ਰਿਹਾ ਹੈਗਾ। ਐਸ ਐਚ ਓ ਸਾਹਿਬ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਐਸ ਐਚ ਓ ਸਾਹਿਬ, ਤੁਹਾਡੇ ਵੱਲੋਂ ਅੱਜ ਇੱਕ ਵਿਸ਼ੇਸ਼ ਟੀਮ ਬਣਾ ਕੇ ਨਾਕਾਬੰਦੀ ਕੀਤੀ ਗਈ ਹੈ ਰਾਮਪੁਰਾ ਫੂਲ ਦੇ ਮੌੜ ਚੌਂਕ ਦੇ ਵਿੱਚ, ਮਾਸਕ ਨਾ ਲਾਉਣ ਵਾਲਿਆਂ ਦੇ ਚਲਾਨ ਵੀ ਕੀਤੇ ਜਾ ਰਿਹਾ, ਕੀ ਕਹਿਣਾ ਸਰ ਤੁਹਾਡਾ ਜੀ? ਸਰਕਾਰ ਦੀ ਨਵੀਂ ਗਾਈਡਲਾਈਨਸ ਦੇ ਮੁਤਾਬਕ ਅਸੀਂ ਲੋਕਾਂ ਦੀ ਸੁਰੱਖਿਆ ਲਈ, ਲੋਕਾਂ ਦੀ ਸੇਫਟੀ ਲਈ ਐਸ ਐਚ ਓ ਸਾਹਿਬ ਰਿਕੁਐਸਟ ਕੀਤੀ ਸੀ, ਐਸ ਐਚ ਓ ਸਾਹਿਬ ਨਾਲ ਆਏ ਨੇ, ਇਹਨਾਂ ਦੀ ਸਾਰੀ ਟੀਮ। ਲੋਕਾਂ ਦੇ ਜਿਹੜੇ ਲੋਕ ਮਾਸਕ ਨਹੀਂ ਬਿਨਾਂ ਪਾਏ ਘੁੰਮ ਰਹੇ ਉਹਨਾਂ ਨੇ ਕੋਵਿਡ ਟੈਸਟ ਕਰ ਰਹੇ ਹਾਂ, ਅਤੇ ਜਿਹੜੇ ਬਿਨਾਂ ਮਾਸਕ ਜਾਣਬੁੱਝ ਕੇ ਘੁੰਮ ਰਹੇ ਨੇ ਉਹਨਾਂ ਦੇ ਅਸੀਂ ਚਲਾਨ ਕਰ ਰਹੇ ਹਾਂ। ਪਹਿਲਾਂ ਮੈਂ ਦੋ ਤਿੰਨ ਵਾਰੀ ਪੰਜ ਮੰਥ ਤੋਂ ਕਰਕੇ ਮਾਸਕ ਕਈ ਵਾਰੀ ਚੇਂਜ ਕਰ ਚੁੱਕਿਆ, ਲੋਕਾਂ ਦੇ ਪਲੀਜ਼ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ। ਮੇਨ ਮਕਸਦ ਤਾਂ ਸਾਡਾ ਲੋਕਾਂ ਨੂੰ ਅਵੇਅਰ ਕਰਨ ਦਾ ਵੀ ਇਸ ਬਿਮਾਰੀ ਤੋਂ ਬਚਣ ਲਈ, ਇਸ ਬਿਮਾਰੀ ਤੋਂ ਬਚਣ। ਬਾਕੀ ਡਾਕਟਰ ਸਾਹਿਬ ਆਪਣਾ ਦੱਸਣਗੇ ਕੀ ਨਾ। ਹੈਲਥ ਡਿਪਾਰਟਮੈਂਟ ਦੇ ਅਧਿਕਾਰੀਆਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਦੇ। ਹੈਲਥ ਡਿਪਾਰਟਮੈਂਟ ਦੇ ਅਧਿਕਾਰੀ ਬਲਵੀਰ ਸਿੰਘ ਜੀ ਸਾਡੇ ਨਾਲ ਸਿਵਲ ਹਸਪਤਾਲ ਰਾਮਪੁਰਾ ਤੋਂ ਮੌਜੂਦ ਹੈਗੇ। ਬਲਵੀਰ ਸਿੰਘ ਜੀ, ਅੱਜ ਤੁਹਾਡੇ ਵੱਲੋਂ ਜਿਹੜੇ ਹੈਗੇ ਹੈਗੇ ਜਿਨ੍ਹਾਂ ਦੇ ਮਾਸਕ ਨਹੀਂ ਲਗਾਏ ਗਏ ਉਹਨਾਂ ਦੇ ਕੋਵਿਡ ਟੈਸਟ ਕੀਤੇ ਜਾ ਰਹੇ ਹੈਗੇ, ਇਹ ਕੀ ਕਹਿਣਾ ਸਰ ਤੁਹਾਡਾ? ਹਾਂਜੀ, ਉਹਨਾਂ ਦਾ ਗੌਰਮੈਂਟ ਹੈ ਸਾਡੇ ਮੌਜੂਦਾ ਹਦਾਇਤਾਂ ਦੇ ਮੁਤਾਬਕ ਜੋ ਕੋਵਿਡ 19 ਦਾ ਚੱਲ ਰਿਹਾ ਹੈ ਕਿ ਜਿਸ ਦੇ ਵਿੱਚ ਸਾਨੂੰ ਅੱਜ ਹਦਾਇਤ ਹੋਈ ਆਪਣੇ ਪੁਲਿਸ ਡਿਪਾਰਟਮੈਂਟ ਦੇ ਜਿੱਥੇ ਵੀ ਮੁਖ ਰੱਖਦੇ ਹੋਏ ਨਾਲ ਉਹਨਾਂ ਦੇ ਯੂਨਾਈਟਡ ਟੀਮ ਬਣਾ ਕੇ ਜਿਹੜਾ ਵੀ ਕੋਈ ਬਿਨਾਂ ਮਾਸਕ ਅਤੇ ਉਲੰਘਣਾ ਜਾ ਰਿਹਾ ਉਸਨੂੰ ਪਹਿਲੀ ਗੱਲ ਚੈੱਕ ਕਰਕੇ ਕੋਵਿਡ 19 ਦੇ ਨਾਲ ਦੀ ਨਾਲ ਉਹਨਾਂ ਦੇ ਟੈਸਟ ਦਿੱਤੇ ਜਾਂਦੇ ਆ ਅਤੇ ਜੋ ਯੋਗ ਹੈ ਉਹਨਾਂ ਦੇ ਕਾਰਵਾਈ ਦੇ ਤਹਿਤ ਚਲਾਨ ਵੀ ਕੱਟੇ ਜਾ ਰਹੇ ਨੇ। ਵੈਸੇ ਇਹ ਸਾਰਾ ਜੋ ਵੀ ਮਹਿਕਮੇ ਵੱਲੋਂ ਕੀਤਾ ਜਾ ਰਿਹਾ ਲੋਕਾਂ ਨੂੰ ਜਾਗਰਿਤ ਅਤੇ ਇਹਦੇ ਮੁਹਿੰਮ ਦੇ ਪ੍ਰਤੀ ਜਾਣੂ ਕਰਵਾਉਣ ਦੇ ਲਈ ਪ੍ਰਵਾਨ ਕੀਤਾ ਗਿਆ ਅਤੇ ਅੱਗੇ ਜੋ ਹੈ ਨਾਲ ਟੈਸਟ ਹੋਏ ਹੈ ਤਕਰੀਬਨ ਹੁਣ ਤੱਕ ਜੋ ਹੈ ਇਹ ਨੈਗੇਟਿਵ ਆਏ ਆ। ਅਗਰ ਜੇ ਕੋਈ ਪੋਜ਼ਿਟਿਵ ਹੁੰਦਾ ਉਸਨੂੰ ਅਸੀਂ ਵਿਸ਼ੇਸ਼ ਪ੍ਰਵਾਨ ਤੌਰ 'ਤੇ ਹਸਪਤਾਲ ਸ਼ਿਫਟ ਕਰਾਂਗੇ। ਥੋੜ੍ਹੀ ਦੇਰ ਤੱਕ ਤੁਹਾਨੂੰ ਦਿਖਾਉਣਾ ਹੈ ਵੀ ਜਿਹੜੇ ਕੋਵਿਡ ਟੈਸਟ ਆ ਉਹ ਵੀ ਹੈਲਥ ਡਿਪਾਰਟਮੈਂਟ ਵੱਲੋਂ ਇੱਕ ਵੱਖਰੀ ਟੀਮ ਬਣਾਈ ਗਈ ਉੱਥੇ ਕੀਤੇ ਜਾ ਰਹੇ ਹੈਗੇ। ਲਗਾਤਾਰ ਵਾਹਨਾਂ ਦਾ ਜਿਹੜਾ ਰੋਕਣਾ ਹੈਗਾ ਉਹ ਜਾਰੀ ਹੈ ਪੁਲਿਸ ਡਿਪਾਰਟਮੈਂਟ ਵੱਲੋਂ। ਐਂਬੂਲੈਂਸ ਜਿਹੜੀ ਟੀਮ ਹੈਗੀ ਉਹ ਵੀ ਸਾਡੇ ਨਾਲ ਇਸ ਟਾਈਮ ਮੌੜ ਚੌਂਕ ਦੇ ਵਿੱਚ ਸਥਿਤ ਹੈਗੀ। ਮਾਸਕ ਨਾ ਲਾਉਣ ਵਾਲਾ ਦੇਖੋ ਕਿਸ ਤਰ੍ਹਾਂ ਜਿਹੜੀ ਹੈਗੀਆਂ ਕਿ ਸਰਕਾਰ ਦੀ ਗਾਈਡਲਾਈਨ ਦੀ ਜਿਹੜੀ ਪਾਲਣਾ ਹੈਗੀ ਉਹ ਪੂਰੀ ਤਰੀਕੇ ਦੇ ਨਾਲ ਨਹੀਂ ਕੀਤੀ ਜਾ ਰਹੀ।
ਦੋ ਮੋਟਰਸਾਈਕਲ ਸਵਾਰਾਂ ਨੂੰ ਜਿਹੜਾ ਹੈਗਾ ਪੁਲਿਸ ਵਿਭਾਗ ਨੇ ਰੋਕਿਆ ਗਿਆ, ਇਹਨਾਂ ਦੇ ਕੋਵਿਡ ਟੈਸਟ ਜਿਹੜੇ ਹੈਗੇ ਕਰਵਾਏ ਜਾਣਗੇ। ਕੋਵਿਡ ਟੈਸਟ ਕਰਵਾਉਣ ਦੇ ਲਈ ਪੁਲਿਸ ਵਿਭਾਗ ਵੱਲੋਂ ਜਿਹੜੀ ਹੈਗੀ ਹੈਗੀ ਹਦਾਇਤਾਂ ਜਾਰੀ ਕੀਤੀਆਂ ਗਈਆਂ ਨੇ। ਇੱਕ ਬੱਸ ਆਈ ਹੈ, ਤੁਹਾਨੂੰ ਬੱਸ ਵੀ ਦਿਖਾਉਣ ਦੀ ਕੋਸ਼ਿਸ਼ ਕਰਦੇ ਹਾਂ। ਬੱਸ ਦੇ ਵਿੱਚ ਦੇਖਦੇ ਹਾਂ ਕਿੰਨੇ ਬੰਦਾ ਜਿਹੜੇ ਹੈਗੇ ਆ ਮਾਸਕ ਲੱਗੇ ਹੈਗੇ, ਦਿਖਾਉਣ ਦੀ ਤੁਹਾਨੂੰ ਕੋਸ਼ਿਸ਼ ਕਰਾਂਗੇ। ਬੱਸ ਨੂੰ ਅੰਦਰ ਤੱਕ ਦਿਖਾਉਣ ਦੀ ਕੋਸ਼ਿਸ਼ ਕਰਦੇ ਹਾਂ ਜਿਹੜੇ ਕੋਵਿਡ ਦੇ ਨਿਯਮਾਂ ਦੀ ਪਾਲਣਾ ਕੀ ਉਹ ਬੱਸਾਂ ਦੇ ਵਿੱਚ ਕਿੰਨੀ ਕੀਤੀ ਜਾ ਰਹੀ ਆ। ਇੱਕ ਮਿੰਨੀ ਬੱਸ ਜਿਹੜੀ ਹੈਗੀ ਆ ਆ ਕੇ ਖੜੀ ਆ ਇੱਥੇ, ਤਕਰੀਬਨ ਜਿਹੜਾ ਹੈਗਾ ਹਰ ਇੱਕ ਸਵਾਰੀ ਦੇ ਜਿਹੜਾ ਮਾਸਕ ਉਹ ਤਕਰੀਬਨ ਲੱਗਿਆ ਵਾ ਗਾ। ਇੱਕ ਦੋ ਸਵਾਰੀਆਂ ਨੂੰ ਛੱਡ ਕੇ ਬਾਕੀ ਤਕਰੀਬਨ ਸਾਰੇ ਜਿਹੜੇ ਹੈਗੇ ਕੋਵਿਡ ਦੇ ਗਾਈਡਲਾਈਨ ਜਿਹੜੀ ਹੈਗੀ ਹੈਗੀ ਪਾਲਣਾ ਕੀਤੀ ਗਈ ਆ। ਡਰਾਈਵਰ ਵੱਲੋਂ ਵੀ ਬਕਾਇਦਾ ਪ੍ਰੋਪਰ ਮਾਸਕ ਲਾ ਕੇ ਜਿਹੜਾ ਹੈਗਾ ਜਾਂ ਰੁਮਾਲ ਬੰਨ ਕੇ ਕੋਵਿਡ ਦੇ ਨਿਯਮਾਂ ਦੀ ਜਿਹੜੀ ਪਾਲਣਾ ਹੈਗੀ ਉਹ ਕੀਤੀ ਜਾ ਰਹੀ ਆ। ਸੀਗੇ ਜਿਹੜੀਆਂ ਮੌੜ ਚੌਕ ਦੀਆਂ ਤਸਵੀਰਾਂ ਤੁਹਾਡੇ ਸਾਹਮਣੇ ਰੂਬਰੂ ਕਰਨ ਦੀ ਕੋਸ਼ਿਸ਼ ਕੀਤੀ ਹੈ, ਜਿੱਥੇ ਪੁਲਿਸ ਵਿਭਾਗ ਵੱਲੋਂ ਪੰਜਾਬ ਸਰਕਾਰ ਦੇ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਚੈਕਿੰਗ ਕੀਤੀ ਗਈ ਆ। ਮਾਸਕ ਨਾ ਪਹਿਨਣ ਵਾਲਿਆਂ ਦੇ ਚਲਾਨ ਕੀਤੇ ਗਏ ਆ, ਅਤੇ ਹੈਲਥ ਡਿਪਾਰਟਮੈਂਟ ਦੀ ਮਦਦ ਦੇ ਨਾਲ ਜਿਹੜੇ ਹੈਗੇ ਉਹਨਾਂ ਦੇ ਕੋਵਿਡ ਦੇ ਟੈਸਟ ਮੌੜ ਚੌਕ ਦੇ ਵਿੱਚ ਰੋਕ ਕੇ ਕੋਵਿਡ ਟੈਸਟ ਕਰਵਾਇਆ ਗਿਆ ਗਾ। ਕੈਮਰਾਮੈਨ ਰਮਨਪ੍ਰੀਤ ਨਾਲ ਜਸਵੀਰ ਔਰ ਰਾਮਪੁਰਾ ਫੂਲ ਤੋਂ ਜਸਵੀਰ ਔਲਖ ਦੀ ਰਿਪੋਰਟ, NC7 ਨਿਊਜ਼।